ਬਾਬੇ ਬੁੱਲੇ ਸ਼ਾਹ ਦਾ ਨਾ ਬੇਲਾ ਸ਼ੇਰ ਏ, ਉਹਦਾ ਉਰਸਾ ਰਿਹਾ ਅਲ ਕਸੂਰ ਵਿੱਚ। ਮੈਂ ਕਹਿੰਦਾ ਏ ਓਏ ਲੋਕੋ, ਆਪਣੇ ਆਪਣੇ ਵਲੀਆਂ ਨੂੰ ਜ਼ਰੂਰ ਮੰਨੋ, ਪਰ ਜਿਵੇਂ ਉਹਨਾਂ ਰੱਬ ਨੂੰ ਮੰਨਿਆ ਉਵੇਂ ਮੰਨੋ। ਬਾਬਾ ਜੀ ਫਰੀਦੋਦੀਨ ਨਾਮ ਦੇ ਨਾਲ ਦੀਨ ਲੱਗਾ ਏ, ਨਿਜ਼ਾਮੋਦੀਨ ਨਾਮ ਦੇ ਨਾਲ ਦੀਨ ਲੱਗਾ ਏ। ਸੁਣੋ ਸੁਣੋ, ਬਾਬਾ ਜੀ ਮੋਇਨੋਦੀਨ ਚਿਸ਼ਤੀ ਨਾਮ ਨਾਲ ਦੀਨ ਲੱਗਾ ਏ, ਨਿਜ਼ਾਮੋਦੀਨ ਔਲੀਆ ਨਾਮ ਨਾਲ ਦੀਨ ਲੱਗਾ ਵੇ। ਮੈਂ ਸਵਾਲ ਕਰਨਾ ਚਾਹੁੰਦਾ ਏ, ਇੰਨੇ ਬੈਠੇ ਜੇ ਜਿਨ੍ਹਾਂ ਦੇ ਨਾਮ ਨਾਲ ਦੀਨ ਦੀ ਪਹਿਚਾਣ, ਅੱਜ ਉਹਨਾਂ ਦੇ ਮੰਨਣ ਵਾਲੇ ਦੀਨ ਦੀਆਂ ਤਹਜੀਆਂ ਬਖੇਰਦੇ ਪੈਣ। ਤੋ ਨਾਮ ਕੇ ਸਾਥ ਦੀਨ ਕੀ ਬਹਾਰ ਥੀ, ਉਹਨੇ ਜਿਧਰ ਬਾਤ ਕੀ ਦੀਨ ਕੀ, ਅੱਲਾ ਕੀ ਤੋਹੀਦ ਕੀ, ਮੁਸਤਫਾ ਕੀ ਰਸਾਲਤ ਕੀ, ਬਰ ਆਜ਼ਮ ਏਸ਼ੀਆ ਮੇ ਉਹਨੇ ਲੋਕੋ ਕੋ ਅੱਲਾ ਕੀ ਪਹਿਚਾਨ ਕਰਾਈ। ਆਜ ਹਰ ਵਲੀ ਕੇ ਮਜ਼ਾਰ ਕੇ ਸਾਥ ਤੁਮੇ ਮਸਜਿਦ ਨਜ਼ਰ ਆਏਗੀ, ਮਸਜਿਦ ਖਾਲੀ ਮਿਲੇਗੀ, ਮਜ਼ਾਰ ਭਰਾ ਮਿਲੇਗਾ। ਮਜ਼ਾਰ ਵਾਲਾ ਮਸਜਿਦ ਮੇ ਨਮਾਜ਼ ਪੜ੍ਹ ਕੇ ਅੱਲਾ ਕਾ ਵਲੀ ਬਣਾ ਹੈ ਭਾਈ। ਜੁਮੇ ਮੇ ਨਾਰਾ ਨਹੀਂ ਲਗਾਤੇ, ਹਮੇ ਮੈਂ ਨਾਰਾ ਨਹੀਂ ਲਗਾਤੇ, ਜ਼ਰਾ ਸੁਣੀਏ ਬੜਾ ਜੁਮਲਾ ਏ। ਇੱਥੇ ਮੈਂ ਇੱਕ ਹੋਰ ਗੱਲ ਕਰਾਂਗਾ, ਦੋਧੀ ਬੜੀ ਨੇਕ ਕੌਮ ਏ, ਸਾਡੇ ਲਾਹੌਰ ਪਾਟੀ ਦਰਬਾਰ ਅਲੀ ਅਜਵੇਰੀ ਸਾਹਿਬ ਦਾ ਉਰਸ ਹੋਇਆ ਏ। ਅੱਲਾ ਦੀ ਕਸਮੇ ਪੂਰੇ ਪਾਕਿਸਤਾਨ ਦੇ ਜੱਟਾਂ ਅਤੇ ਗੁਜਰਾਂ ਨੇ ਖਾਲਸ ਦੁੱਧ ਉੱਥੇ ਪਹੁੰਚਾਇਆ ਏ, ਅਤੇ ਪੂਰਾ ਸਾਲ ਅੱਲਾ ਦੇ ਬੰਦਿਆਂ ਨੂੰ ਪਾਣੀ ਵਾਲਾ ਪਿਆਇਆ। ਇਹਦਾ ਮਤਲਬ ਏ ਬਾਬੇ ਤੋਂ ਡਰ ਕੇ ਖਾਲਸ ਪਹੁੰਚਾਇਆ ਹੈ, ਅਤੇ ਅੱਲਾ ਤੋਂ ਨਾ ਡਰ ਕੇ ਉਹਦੇ ਬੰਦਿਆਂ ਨੂੰ ਪਾਣੀ ਵਾਲਾ ਪਿਆਇਆ। ਬਾਬੇ ਤੋਂ ਡਰ ਕੇ ਖਾਲਸ ਲਗਾਇਆ। ਮੈਂ ਇੱਕ ਦੋਧੀ ਨੂੰ ਆਵਾਜ਼ ਮਾਰ ਕੇ ਪੁੱਛਿਆ ਕਿੱਧਰ ਚੱਲਾਂ, ਮੈਂ ਉੱਥੇ ਦੁੱਧ ਦੇਣ ਚੱਲਾਂ। ਮੈਂ ਕਸਮ ਖਾਇਆ ਚ ਪਾਣੀ ਦਾ ਕਤਰਾ ਹੈ, ਕਹਿੰਦਾ ਲਾ ਇਲਾ ਇਲਾ ਮੁਹੰਮਦ ਰਸੂਲ ਅੱਲਾਹ, ਬਾਲਟੀ 'ਚ ਵੀ ਕੱਪੜਾ ਮਾਰਿਆ ਸੀ ਕਿ ਕਤਰਾ ਵੀ ਨਾ ਪਵੇ। ਮਮਾ ਕਦਰ ਉੱਲਾਹ ਅੱਕਾ ਕਦਰ ਹੀ, ਲੋਕੋ ਤੁਸੀਂ ਅੱਲਾਹ ਦੀ ਕਦਰ ਨਹੀਂ ਕੀਤੀ ਜਿਵੇਂ ਕਦਰ ਕਰਨ ਦਾ ਹੱਕ ਹਾਸਲ ਹੈ। ਔਲੀਆ ਅੱਲਾਹ ਕਿਸ ਕੀ ਕਦਰ ਕਰਤੇ ਹੈ, ਹਾਥ ਖੜੇ ਕਰਕੇ ਬੋਲੇ, ਔਲੀਆ ਅੱਲਾਹ ਕਿਸ ਕੀ ਕਦਰ ਕਰਤੇ ਹੈ, ਔਲੀਆ ਅੱਲਾਹ ਕਿਸ ਕੇ ਆਗੇ ਝੁਕਤੇ ਹੈ, ਔਲੀਆ ਅੱਲਾਹ ਕਿਸ ਸੇ ਡਰਤੇ ਹੈ, ਔਲੀਆ ਅੱਲਾਹ ਕਿਸ ਕੀ ਮਾਨਤੇ ਹੈ, ਔਲੀਆ ਅੱਲਾਹ ਕਿਸ ਕੋ ਜਾਣਤੇ ਹੈ। ਅੱਲਾਹ ਫਿਰ ਉਨਕੋ ਜਾਣਤਾ ਹੈ, ਮਨ ਕਾਨ ਲਿਲਾਹੀ ਕਾਨ ਅੱਲਾਹੁ ਲਹੁ। ਅੱਲਾਹ ਕਹਿੰਦਾ ਜੋ ਮੇਰਾ ਹੋ ਜਾਏ ਮੈਂ ਉਸਕਾ ਹੋ ਜਾਤਾ ਹੂੰ। ਅੱਲਾਹ ਇਨਾ ਔਲੀਆ ਅੱਲਾਹ ਲਾ ਖੌਫੁਨ ਅਲੈਹਿਮ ਵਲਾ ਹੁਮ ਯਹਜ਼ਾਨੂਨ। ਅੱਲਾਹ ਕਹਿੰਦਾ ਜਿਸ ਤਰ੍ਹਾਂ ਤੁਹਾਨੂੰ ਮੈਨੂੰ ਮੰਨਣ 'ਚ ਕਿਸੇ ਦਾ ਗਮ ਅਤੇ ਡਰ ਨਹੀਂ, ਜਦੋਂ ਤੁਸੀਂ ਮੈਨੂੰ ਮੰਨ ਲਿਆ ਹੁਣ ਤੁਹਾਨੂੰ ਵੀ ਕਿਸੇ ਦਾ ਡਰ ਨਹੀਂ, ਹੁਣ ਤੁਹਾਨੂੰ ਕਿਆਮਤ ਨੂੰ ਵੀ ਕੋਈ ਡਰ ਨਹੀਂ ਹੋਏਗਾ। ਇਸ ਕਾ ਮਤਲਬ ਹੈ ਔਲੀਆ ਅੱਲਾਹ ਨੇ ਕਿਸ ਕੋ ਸਜਦੇ ਕੇ ਲਾਇਕ ਮਾਨਾ ਹੈ, ਔਰ ਹਮਨੇ ਵੀ ਕਿਸ ਕੋ ਸਜਦੇ ਕੇ ਲਾਇਕ ਮਾਨਨਾ ਹੈ। ਇਮਾਮ ਅਹਿਮਦ ਰਜ਼ਾ ਖਾਂ ਬਰੇਲਵੀ, ਬਰੇਲਵੀ ਕੇ ਨਾਬੇ ਵਾਲਾ ਸਭ ਸੇ ਬੜੇ ਇਮਾਮ ਮੌਲਵੀ ਇਮਾਮ ਅਹਿਮਦ ਰਜ਼ਾ ਖਾਂ ਬਰੇਲਵੀ ਸਾਹਿਬ ਨੇ ਲਿਖਾ ਹੈ ਕਿ ਕੱਚੀ ਕਬਰ ਬਣਾਓ, ਪੱਕੀ ਕਬਰ ਨਾ ਬਣਾਓ, ਔਰ ਕਬਰ ਸੇ 5 ਫੁੱਟ ਦੂਰ ਖੜੇ ਹੋ ਕਰ ਦੁਆ ਮੰਗੋ, ਅਗਰ ਇਸ ਕਾ ਵਾਲਾ ਗਲਤ ਹੋ ਜੋ ਚੋਰ ਕਿਸ ਦਾ ਮੇਰੀ ਸਜ਼ਾ ਹੈ। ਉਹ ਭਾਈ ਇਮਾਮ ਅਹਿਮਦ ਰਜ਼ਾ ਖਾਂ ਕੀ ਬਾਤ ਮਾਨੋ, ਉਹਨੇ ਕਿਹਾ ਹੈ ਕਿ 5 ਫੁੱਟ ਦੂਰ ਹੋ ਕੇ ਕਬਰ ਸੇ ਦੁਆ ਮੰਗੋ, ਔਰ ਸਾਥ ਉਹਨੇ ਕਿਹਾ ਕਿ ਪੱਕੀ ਕਬਰ ਨਾ ਬਣਾਓ। ਆਪ ਬਤਾਏ ਜੋ ਪੱਕੀ ਕਬਰ ਬਣਾਤਾ ਉਹ ਇਮਾਮ ਅਹਿਮਦ ਰਜ਼ਾ ਕੋ ਮਾਨਤਾ ਹੈ, ਨਹੀਂ ਮਾਨਤਾ। ਮੈਂ ਬਾਤ ਤੋਂ ਰਸੂਲ ਖੁਦਾ ਤੱਕ ਲੈ ਕੇ ਨਹੀਂ ਅਭੀ ਗਿਆ, ਔਰ ਇਮਾਮ ਸਾਹਿਬ ਨੇ ਵੀ ਨਬੀ ਪਾਕ ਕੀ ਹਦੀਸ ਬਿਆਨ ਕੀ ਹੈ ਨਾ ਆਪਣੀ ਕਿਤਾਬ ਮੇਂ,
ਤੋ ਭਾਈ ਇਮਾਮ ਅਹਿਮਦ ਰਜ਼ਾ ਨੇ ਅਗਰ ਹਦੀਸ ਬਿਆਨ ਕੀ ਤੋ ਮਾਨੋ, ਅਹਿਲ ਹਦੀਸ ਵੀ ਮਾਨੇ, ਦਿਓਬੰਦੀ ਵੀ ਮਾਨੇ, ਬਰੇਲਵੀ ਵੀ ਮਾਨੇ, ਸ਼ੀਆ ਵੀ ਮਾਨੇ, ਮੈਂ ਵੀ ਮਾਨੂੰ, ਤੁਮ ਵੀ ਮਾਨੋ, ਕਿਉਂ? ਮੌਲਵੀ ਕੋਈ ਵੀ ਹੋ, ਜਬ ਬਾਤ ਰਸੂਲ ਕੀ ਆਏਗੀ, ਮੁਸੱਫਰ ਖੈਂਚ ਵ ਨਕਸ਼ਾ, ਜਿਸ ਮੇਂ ਇਤਨੀ ਸਫਾਈ ਹੋ, ਉਧਰ ਫਰਮਾਨੇ ਮੁਹੰਮਦ ਹੋ, ਇਧਰ ਗਰਦਨ ਝੁਕਾਈ, ਬਾਤ ਰਸੂਲ ਅੱਲਾ ਕੀ ਮਾਨ ਲੀ। ਔਰ ਲਾਮਾ ਇਕਬਾਲ ਨੇ ਕਿਹਾ, ਮੁਝੇ ਇੱਕ ਬੰਦਾ ਕਹਿਤਾ ਕਿ ਲਾਮਾ ਇਕਬਾਲ ਕੀ ਤੋ ਦਾੜੀ ਨਹੀਂ ਥੀ, ਮੈਂ ਕਿਹਾ ਮੈਂ ਦਾੜੀ ਨਹੀਂ ਦੇਖਤਾ, ਜੋ ਉਸਕੀ ਜ਼ਬਾਨ ਸੇ ਬਾਤ ਨਿਕਲਤੀ ਮੈਂ ਵੋ ਦੇਖਤਾ ਹੂੰ। ਉਸਨੇ ਕਿਹਾ ਕਿ ਮੁਹੰਮਦ ਸੇ ਵਫਾ ਤੂਨੇ ਤੋ ਹਮ ਤੇਰੇ ਹੈਂ, ਯੇ ਜਹਾਂ ਚੀਜ਼ ਹੈ ਕਿਆ ਲੋਹ ਕਲਮ ਤੇਰੇ ਹੈ, ਮੁਹੰਮਦ ਕੀ ਗੁਲਾਮੀ, ਦੀਨੇ ਹੱਕ ਕੀ ਸ਼ਰਤੇ ਅਵਲ ਹੈ, ਇਸੀ ਮੇਂ ਹੋ ਅਗਰ ਖਾਮੀ ਤੋ ਸਭ ਕੁਛ ਨਾ ਮੁਕੰਮਲ ਹੈ। ਯੇ ਕਾਜ਼ੀ ਫੈਜ਼ ਈਸਾ ਸਾਹਿਬ ਕੋ ਸਾਰੇ ਮੌਲਵੀਓ ਸੇ ਹਟ ਕੇ ਮੈਨੇ ਪੈਗਾਮ ਦਿਆ ਥਾ, ਆਪਣੇ ਸੁਣਾ, ਜਬ ਖਤਮੇ ਨਬੂਤ ਕਾ ਮਸਲਾ ਬਣਾ ਤੋ ਮੈਨੇ ਕਿਹਾ ਕਾਜ਼ੀ ਸਾਹਿਬ ਜਿਹੜੀ ਮੋਰੀ ਦਾ ਪਤਾ ਨਾ ਹੋਵੇ ਉੱਥੇ ਉਂਗਲ ਨਹੀਂ ਦੇਈਦੀ। ਬੋਲੋ ਯਾਰ, ਵੀ ਜਿਹਦਾ ਪਤਾ ਹੀ ਨਹੀਂ ਉਹ ਬੋਲੋ ਯਾਰ। ਆ ਕੰਨਾਂ ਵਾਲੇ ਡਾਕਟਰ ਕੋ ਜਾਈਏ ਤੋ ਕਹਿੰਦੇ ਨਹੀਂ ਵੀ ਤੂੰ ਤੀਲੀ ਮਾਰੀ ਸੀ ਕੰਨ 'ਚ? ਕਹਿੰਦੇ ਜੀ ਮਾਰੀ। ਉਹਨੇ ਕਿਹਾ ਜਿਹੜੀ ਮੋਰੀ ਦਾ ਪਤਾ ਨਾ ਹੋਵੇ ਉੱਥੇ ਤੀਲੀ ਨਹੀਂ ਮਾਰੀ ਦੀ। ਉਹਨੇ ਕਿਹਾ ਮੈਂ ਕਾਦਰੀ ਬੈਠਾ। ਉਹ ਕੰਨਾਂ ਵਾਲੇ ਡਾਕਟਰ ਕਹਿੰਦੇ ਨੇ ਕਿ ਨਹੀਂ ਕਹਿੰਦੇ? ਮੈਂ ਕਿਹਾ ਸੀ ਜਸਟਿਸ ਸਾਹਿਬ ਇਹ ਤੁਹਾਡਾ ਕੰਮ ਨਹੀਂ, ਜਦੋਂ ਮੌਲਵੀਆਂ ਵਾਲੇ ਮਸਲੇ ਆਉਣ ਤੁਹਾਡੇ ਕੋਲ ਇਹਨੂੰ ਸਲਾਮੀ ਨਜ਼ਰਿਆਤੀ ਕੌਂਸਲ 'ਚ ਕਲਿਆ ਕਰੋ, ਮੌਲਵੀ ਜਾਣਨ ਅਤੇ ਦੀਨ ਜਾਣੇ, ਅਤੇ ਜਾਂ ਫਿਰ ਸੁਪਰੀਮ ਕੋਰਟ 'ਚ ਵੀ ਇੱਕ ਮੌਲਵੀ ਪਾਓ, ਜਾਂ ਮੁਫਤੀ ਤਕੀ ਉਸਮਾਨੀ ਸਾਹਿਬ ਪਾਓ, ਜਾਂ ਸਾਜਿਦ ਮੀਰ ਸਾਹਿਬ ਪਾਓ, ਜਾਂ ਮੁਫਤੀ ਮੁਨੀਬੁਰ ਰਹਿਮਾਨ ਸਾਹਿਬ ਬਿਠਾਓ, ਵੱਡੇ ਮੁਫਤੀ ਮਨਜ਼ੂਰ ਮੈਂਗਲ ਬਿਠਾਓ, ਮੁਫਤੀ ਤਾਰਕ ਮਸੂਦ ਬਿਠਾਓ, ਮੌਲਾਨਾ ਤਾਰਕ ਜਮੀਲ ਬਿਠਾਓ, ਕਾਰੀ ਸੇਬ ਮੀਰ ਮੁਹੰਮਦੀ ਸਾਹਿਬ ਬਿਠਾਓ, ਜਨਾਬ ਜੀ ਮੁਫਤੀ ਅਬਦੁਰਰਹਿਮਾਨ ਆਬਦ ਸਾਹਿਬ ਬਿਠਾਓ। ਸੁਣੀਏ ਜ਼ਰਾ ਧਿਆਨ ਨਾਲ, ਜਨਾਬ ਜੀ ਬੜੇ ਸੇ ਬੜੇ ਮੌਲਵੀ ਆਬਦ ਸਾਹਿਬ ਬਿਠਾਏ, ਪ੍ਰੋਫੈਸਰ ਸਾਹਿਬ ਬਿਠਾਏ, ਜਿਤਨੇ ਬੜੇ ਬੜੇ ਮੌਲਵੀ ਹੈਂ ਇਨਕੋ ਬਿਠਾਓ, ਇਨ ਸੇ ਮਸਲਾ ਡਿਸਕਸ ਕਰਾਓ, ਖਤਮੇ ਨਬੂਤ ਕਾ ਮਸਲਾ। ਦੁਨਿਆਵੀ ਇਲਮ ਰੱਖਣੇ ਵਾਲਾ ਨਹੀਂ ਜਾਣਤਾ ਮੁਹੰਮਦ ਅਰਬੀ ਕੋ, ਪਹਿਚਾਨਣੇ ਔਰ ਪੜ੍ਹਨੇ ਵਾਲਾ ਜਾਣਤਾ ਹੈ। ਮੈਨੇ ਕਿਹਾ ਕਾਜ਼ੀ ਸਾਹਿਬ ਜਿਸ ਤਰ੍ਹਾਂ ਤੁਹਾਡੀ ਰੈੱਡ ਲਾਈਨ ਸੁਪਰੀਮ ਕੋਰਟ ਹੈ, ਇਸਸੇ ਆਗੇ ਕੋਈ ਅਦਾਲਤ ਨਹੀਂ, ਹਮਾਰੀ ਵੀ ਰੈੱਡ ਲਾਈਨ ਖਤਮੇ ਨਬੂਤ ਹੈ, ਇਸਸੇ ਆਗੇ ਕੋਈ ਨਬੀ ਨਹੀਂ। ਹੱਥ ਖੜੇ ਕਰਕੇ ਕਹਿਣਾ ਤਾਜਦਾਰ ਖਤਮੇ ਨਬੂਤ, ਤਾਜਦਾਰ ਖਤਮੇ ਨਬੂਤ। ਮਗਰ ਯੇ ਜਿਤਨੇ ਬੈਠੇ ਬਾਤ ਸੁਣੇ, ਆਪਣੇ ਆਇਨ ਕੋ ਰੋਂਦਾ ਨਾ ਕਰੋ, ਆਇਨ ਕੀ ਵਾਇਲੇਸ਼ਨ ਨਾ ਕੀਆ ਕਰੋ। ਯੇ ਆਖਰੀ ਬਾਤੇ ਸੁਣੇ, ਪਾਕਿਸਤਾਨ ਕੀ ਪੁਲਿਸ ਕੋ ਮਾਨੋ, ਫੌਜ ਕੋ ਮਾਨੋ, ਰੇਂਜਰ ਕੋ ਮਾਨੋ, ਪਾਕਿਸਤਾਨ ਕੇ ਕਾਨੂੰਨ ਕੋ ਮਾਨੋ, ਕਾਨੂੰਨ ਕੇ ਦਾਇਰੇ ਮੇਂ ਰਹਿ ਕੇ ਆਪਣੀ ਬਾਤ ਮਨਵਾਓ। ਬੋਲੋ ਕਾਨੂੰਨ ਕੇ ਦਾਇਰੇ ਮੇਂ ਰਹਿ ਕੇ, ਯੇ ਬਾਤ ਬੜੀ ਕੀਮਤੀ ਆਖਰ ਪੇ। ਔਰ ਬਾਹਰੋਂ ਮੌਲਵੀ ਜਦੋਂ ਆਵੇ ਨਾ ਤੇ ਵੋ ਆਪਕੋ ਪਤਾ ਹੈ ਕਿ 15-20 ਮਿੰਟ ਉੱਪਰ ਜਾ ਕੇ ਜੁਮਾ ਪੜਾਤਾ ਹੈ, ਕਿਉਂਕਿ ਵਾ ਦੂਰ ਸੇ ਆਇਆ ਹੁੰਦਾ ਹੈ। ਔਰ ਜਿਹੜਾ ਮੌਲਵੀ ਪਿੰਡ ਅਤੇ ਸ਼ਹਿਰ ਦਾ ਹੁੰਦਾ ਨਾ ਤੁਹਾਡਾ ਮਕਾਮੀ, ਉਹ ਹਰ ਜੁਮੇ ਤੁਹਾਡੇ ਮੂੰਹ ਵੇਖਦਾ ਹੈ, ਲਿਹਾਜ਼ਾ ਉਹ ਥੱਕਿਆ ਹੁੰਦਾ, ਉਹ 5 ਮਿੰਟ ਪਹਿਲੇ ਹੀ ਜੁਮਾ ਛੱਡਦਾ ਵੀ ਪਿਛਲੇ ਵਾਲੇ ਹੀ ਨੇ, ਕਿਹੜੇ ਨਵੇਂ, ਮੈਂ ਤੁਹਾਨੂੰ ਪਹਿਲੀ ਵਾਰ ਵੇਖਿਆ, ਲਿਹਾਜ਼ਾ ਮੈਂ ਤੁਹਾਨੂੰ ਨਾ ਰੱਜ ਕੇ ਵੇਖਣਾ ਚਾਹੁੰਦਾ। ਕਹਿੰਦੀ ਹਾਂਜੀ ਇਹ ਨਾ ਜਿਹੜੇ ਇੱਥੇ ਮੌਲਵੀ ਜੁਮਾ ਪੜਾਉਂਦਾ ਹੈ ਉਹ ਹਰ ਜੁਮੇ ਤੁਹਾਨੂੰ ਵਹਿੰਦਾ ਹੈ, ਤੁਸੀਂ ਉਹਨੂੰ ਵਹਿੰਦੇ ਹੋ, ਨਾਲ ਤੁਸੀਂ ਕਹਿੰਦੇ ਹੋ ਉਹ ਉਹ ਹੀ ਮਸਲਾ ਜਿਹੜਾ ਪਿਛਲੇ ਜੁਮੇ ਬਿਆਨ ਕੀਤਾ, ਪੜਾਓ ਜੁਮਾ। ਉਹ ਬੋਲੋ ਕਵਾਂਗਾ ਤਾਇਆ, ਜਿਵੇਂ ਕਵੇਂਗਾ ਉਵੇਂ ਕਵਾਂਗਾ, ਕਿਉਂਕਿ ਤਾਏ ਨੇ 2000 ਦਿੱਤਾ ਹੈ, ਅੱਲਾ ਤਾਏ ਦੀ ਉਮਰ 'ਚ ਬਰਕਤ ਪਾਏ। ਆਹ ਜਿਹੜੀ ਮੇਰੀ ਗੱਡੀ ਖੜੀ ਨਾ, ਤਾਏ ਨੇ ਸਾਲ ਪਹਿਲੇ
ਮੈਂ ਆਖਿਆ ਤਾਇਆ ਮੈਂ ਗੱਡੀ ਨਵੀਂ ਲੈਣ ਲੱਗਾ ਅਤੇ ਤਾਏ ਦਾ ਘਰ ਉੱਥੋਂ ਨਾ 2 ਕਿਲੋਮੀਟਰ। ਮੈਂ ਫੋਨ ਕੀਤਾ ਤਾਇਆ ਮੈਂ ਲਾਹੌਰੋਂ ਚੱਲ ਪਿਆ, ਤੂੰ ਉੱਥੇ ਆ ਜਾ। ਮੈਂ ਤਾਏ ਨਾਲ ਪਤਾ ਕਿੰਨਾ ਪਿਆਰ ਕਰਨਾ, ਲੋਕ ਮੇਰੇ ਕੋਲ ਗੱਡੀਆਂ ਦੇ ਇਫਤਤਾਹ ਕਰਾਉਂਦੇ ਨੇ ਦੁਕਾਨਾਂ ਦੇ, ਅਤੇ ਮੈਂ ਤਾਏ ਨੂੰ ਆਪਣੀ ਸੀਟ 'ਤੇ ਬਿਠਾ ਕੇ ਚਾਬੀ ਤਾਏ ਨੂੰ ਫੜਵਾਈ ਸੀ, ਉੱਥੇ ਫੁੱਲ ਗੁਲਦਸਤਾ ਤਾਏ ਨੂੰ ਫੜਵਾਇਆ ਸੀ। ਅਤੇ ਅੱਜ ਪੂਰਾ ਸਾਲ ਹੋ ਗਿਆ। ਹਾਂਜੀ, ਪਹਿਲਾ ਮੌਲਵੀ ਇਹ ਗੱਡੀ ਆਪਣੀ ਲਵੇ ਅਤੇ ਇਫਤਤਾਹ ਕਿਸੇ ਕੋਲ ਕਰਾਏ। ਲੋਕ ਮੌਲਵੀ ਨੂੰ ਗੱਡੀ ਦੇ ਕੇ ਇਫਤਤਾਹ ਫਿਰ ਮੌਲਵੀ ਕੋਲ ਕਰਾਉਂਦੇ। ਸੱਚੀ ਗੱਲ ਕਰ, ਪਰ ਤੁਹਾਨੂੰ ਮੈਂ ਅੱਜ ਵਾਅਦਾ ਲੈਣਾ, ਜਿੰਨੇ ਬੈਠੇ ਬੋਲੋ, ਜਿੰਨੀ ਮੈਂ ਅੱਲਾ ਦੀ ਪਹਿਚਾਣ ਕਰਾ ਰਿਹਾ, ਅੱਜ ਵਾਅਦਾ ਕਰੋ ਕਿ ਅੱਲਾ ਦੀ ਤਸਵੀਰ ਬਿਆਨ ਕਰੋ ਕਰੋਗੇ ਨਾ ਇਨਸ਼ਾਅੱਲਾ।